ਮਿੰਟੂ ਜੀ, ਇੱਕ ਨਾ ਗੀਤ ਸੀਗਾ ਕਿ ਸਾਨੂੰ ਲੁੱਟਣ ਵਾਲੇ ਲੋਕਾਂ ਦੇ ਵਿੱਚ ਨਾ ਸੱਜਣਾਂ ਦਾ ਵੀ ਆਉਂਦਾ ਹੈ। ਨਵਜੋਤ ਕੌਰ ਸਿੱਧੂ ਜੀ ਕਹਿੰਦੇ ਕਿ ਭਾਈ ਮੈਨੂੰ ਲੁੱਟ ਲਿਆ ਕਿਸੇ ਨੇ, 2 ਕਰੋੜ ਦੀ ਠੱਗੀ ਵੱਜ ਗਈ ਹੈ। ਤੇਰੀ ਬਰਬਾਦੀ ਵਿੱਚ ਅੜੀਏ ਕੁਝ, ਜੀ ਸਾਡੀ ਬਰਬਾਦੀ ਵਿੱਚ ਅੜੀਏ ਕੁਝ, ਤੇਰਾ ਵੀ ਹੱਥ ਲੱਗਦਾ। ਹਾਂਜੀ ਹਾਂਜੀ ਇਹਦੇ 'ਚ ਹੁਣ ਹੱਥ ਕਹਿੰਦੇ ਵੀ ਗਰੀਬੀਆਂ ਦੇ ਲੱਗਦਾ। ਜੀ ਹਾਂਜੀ ਹਾਂਜੀ, ਵੈਸੇ ਬਰਬਾਦੀਆਂ ਦੀ ਕੈਲਕੂਲੇਸ਼ਨ ਜਦੋਂ ਕਰੀਏ ਨਾ ਕਿਸੇ ਵੀ, ਤਾਂ ਮੈਨੂੰ ਲੱਗਦਾ ਕਿ ਭਾਗਾਂ ਵਾਲਾ ਹੀ ਬੰਦਾ ਹੋਣਾ ਜਿਹਦੀ ਕੈਲਕੂਲੇਸ਼ਨ ਦੇ ਵਿੱਚ ਕਿਸੇ ਆਪਦੇ ਦਾ ਹੱਥ ਨਾ ਆਵੇ, ਕਿਤੇ ਨਾ ਕਿਤੇ ਆ ਹੀ ਜਾਂਦਾ। ਜੀ 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 ਦੇਖੋ, ਗੱਲ ਇਹ ਆ ਕਿ ਨਵਜੋਤ ਕੌਰ ਸਿੱਧੂ ਦੇ ਨਾਲ ਜੋ ਹੋਇਆ ਉਹ ਇੱਕ ਪ੍ਰੋਪਰਟੀ ਦਾ ਮਸਲਾ, ਰਣਜੀਤ ਐਵੀਨਿਊ 'ਚ ਤੁਹਾਨੂੰ ਪਤਾ ਹੀ ਆ ਬੜੀ ਜਗ੍ਹਾ ਮਹਿੰਗੀ ਆ ਜੀ। ਉੱਥੇ ਇਹਨਾਂ ਨੇ ਕੋਈ SEO ਲੈਣਾ ਸੀਗਾ, ਕੋਈ ਅਮੈਰੀਕਾ ਤੋਂ ਸੀਗਾ ਸ਼ਖਸ, ਉਹਦੇ ਨਾਲ ਸੌਦਾ ਕੀਤਾ 2 ਕਰੋੜ ਦੇ ਵਿੱਚ, ਅਤੇ ਕਹਿੰਦੇ ਕਿ 1 ਕਰੋੜ 20 ਲੱਖ ਰੁਪਈਆ ਦੇ ਦਿੱਤਾ, ਬਾਕੀ ਇਹਨਾਂ ਨੇ ਚੈੱਕ ਜਿਹੜੇ ਸੀ ਉਹ ਆਪਦੇ ਨਿੱਜੀ ਸਹਾਇਕ ਦੇ ਜ਼ਰੀਏ ਜੀ ਵੀ ਪਹੁੰਚਦੇ ਕਰਨੇ ਸੀ, ਉਹਨਾਂ ਨੇ ਕੈਸ਼ ਕਰਾ ਲਏ, ਉਹ ਆਪਸ ਦੇ ਵਿੱਚ ਵੰਡ ਵੁੰਡ ਲਏ ਆ, ਕੀ ਹਿਸਾਬ ਕਿਤਾਬ ਹੈ ਕੋਈ ਪਤਾ ਨਹੀਂ ਹੈ। ਅਤੇ ਮੁੜ ਕੇ ਉਹਨਾਂ ਨੇ 23 ਦੇ ਵਿੱਚ ਸ਼ਾਇਦ ਇਹਨਾਂ ਦੀ ਜਿਹੜੀ ਬਿਟੀ ਹੈ ਰਾਬੀ ਆ ਉਹਦੇ ਨਾਲ ਪਾਵਰ ਆਫ ਅਟਾਰਨੀ ਜ਼ਰੂਰ ਦਿੱਤੀ ਹੈ ਪਰ ਰਜਿਸਟਰੀ ਨਹੀਂ ਕਰਵਾ ਰਿਹਾ। ਹੁਣ ਇਹਨਾਂ ਨੇ ਸ਼ਿਕਾਇਤ ਦੇ ਦਿੱਤੀ ਆ, ਅਤੇ ਸ਼ਿਕਾਇਤ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ, ਇੱਕ ਨਾ ਪੰਜਾਬ ਦੇ ਵਿੱਚ ਇਕਨੋਮਿਕ ਓਫੈਂਸ ਵਿੰਗ ਕਰਕੇ ਆ ਜੀ ਜਿਹੜਾ ਕਿ ਆਰਥਿਕ ਮਾਮਲਿਆਂ ਨਾਲ ਜੁੜੀ ਜਾਂਚ ਪੜਤਾਲ ਕਰਦਾ ਹੈ, ਤਾਂ ਉਹਦੇ ਕੋਲੇ ਚਲਾ ਗਿਆ ਮਸਲਾ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਉਹਦੇ 'ਚੋਂ, ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਪ੍ਰੋਪਰਟੀ ਨਾਲ ਜੁੜੀਆਂ, ਦੂਜੀ ਧਿਰ ਦਾ ਵੀ ਪ੍ਰਤੀਕਰਮ ਬਹੁਤ ਜ਼ਰੂਰੀ ਹੁੰਦਾ ਹੈ। ਬਿਲਕੁਲ, ਹੁਣ ਸੌਦਾ 2 ਕਰੋੜ 'ਚ ਹੋਇਆ, ਅਤੇ ਜੇ ਉਹਨਾਂ ਦੇ ਕੋਲ 2 ਕਰੋੜ ਨਹੀਂ ਪਹੁੰਚਿਆ ਰਾਹ 'ਚ, ਇਹਨਾਂ ਦਾ ਕੋਈ ਵਫ਼ਾਦਾਰ ਖਾ ਗਿਆ। ਮੈਂ ਜਿਵੇਂ ਕਿਹਾ ਕਿ ਜਿਵੇਂ ਤੁਸੀਂ ਕਿਹਾ ਕਿ ਕਦੇ ਕਦੇ ਬਰਬਾਦੀਆਂ ਦੀ ਕੈਲਕੂਲੇਸ਼ਨ ਦੇ ਵਿੱਚ ਜ਼ਿਆਦਾਤਰ ਆਪਦਿਆਂ ਦਾ ਹੱਥ ਹੁੰਦਾ, ਤਾਂ ਫਿਰ ਅਗਲਾ ਵੀ ਤਾਂ ਆਪਦੇ ਪੈਸਿਆਂ ਦੀ ਮੰਗ ਕਰੂਗਾ ਨਾ। ਬਿਲਕੁਲ, ਇਹ ਹੁਣ ਇੱਧਰੋਂ ਤੈਅ ਹੋਵੇ, ਕਲੀਅਰ ਹੋਵੇ, ਫਿਰ ਹੀ ਆ। ਸੋ ਦੂਜੀ ਧਿਰ ਦਾ ਪ੍ਰਤੀਕਰਮ ਇਹਦੇ 'ਚ ਮੇਰੇ ਖਿਆਲ ਦੇ ਨਾਲ ਉਡੀਕਿਆ ਜਾਣਾ ਚਾਹੀਦਾ ਹੈ ਸੁਖਮ ਸਾਹਿਬ ਜੀ, ਕਿਉਂਕਿ ਜਦੋਂ ਇਹ ਲੈਣ ਦਾ ਮਸਲਾ ਹੈ ਨਾ, ਪ੍ਰੋਪਰਟੀ ਦਾ ਮਸਲਾ ਜਿਹੜਾ, ਜਾਂ ਜਾਇਦਾਦੀ ਮਸਲਾ, ਕੋਈ ਵੀ ਝਗੜਾ ਹੁੰਦਾ ਉਹਦੇ 'ਚ ਦੂਜੀ ਧਿਰ ਨੂੰ ਸੁਣਿਆ ਜਾਣਾ ਬਹੁਤ ਲਾਜ਼ਮੀ ਹੈ। ਲਾਜ਼ਮੀ ਹੈ, ਕੋਈ ਅਮੈਰੀਕਾ ਬੈਠਾ ਹੈ, ਪੜ੍ਹਿਆ ਲਿਖਿਆ ਸ਼ਖਸ ਹੀ ਹੋਊਗਾ, ਕਾਰੋਬਾਰੀ ਵੀ ਹੋਊਗਾ, ਜਿਹਦਾ ਰਣਜੀਤ ਐਵੀਨਿਊ 'ਚ ਇੰਨਾ ਕਹਿ ਲਓ ਕਿ ਮਾਲ ਪਿਆ, ਸਾਰਾ ਕੁਛ ਪਿਆ, ਤਾਂ ਉਹ ਜਦੋਂ ਤੱਕ ਕੋਈ ਪ੍ਰਤੀਕਰਮ ਨਹੀਂ ਆਉਂਦਾ ਕੁਛ ਕਹਿ ਨਹੀਂ ਸਕਦੇ, ਹਾਲੇ ਜਾਂਚ ਪੜਤਾਲ ਚੱਲ ਰਹੀ ਆ। ਪਰ ਆਹ ਨੇਤਾਵਾਂ ਦੇ ਨਾਲ ਵਫ਼ਾਦਾਰ ਜਿਹੜੇ ਹਨ ਉਹ ਕਰਦੇ ਇਸ ਤਰ੍ਹਾਂ ਹੀ ਆ। ਆਹ ਸਾਧੂ ਸਿੰਘ ਆ ਜਿਹਦੀ ਬੇਟੀ ਇੱਥੇ ਮਲੋਟ ਤੋਂ ਮੰਤਰੀ ਆ ਜੀ, ਅਤੇ ਵੈਸੇ ਕਿਸ ਤਰ੍ਹਾਂ ਦਾ ਮੰਤਰੀ ਪੁਣਾ ਹੁੰਦਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਇੱਥੇ ਸ਼ਹਿਰ 'ਚ ਰਹਿੰਦੇ, ਮਲੋਟੀਏ ਜਾਣਦੇ ਨੇ, ਤੁਸੀਂ ਸਾਰੇ ਮਲੋਟੀਏ ਜਾਣਦੇ ਹੋ। ਤੋ ਕਹਿਣ ਦਾ ਮਤਲਬ ਇਹ ਆ ਕਿ ਉਸ ਬੀਬੀ ਜੀ ਦਾ ਪਿਤਾ ਪਹਿਲਾਂ MP ਹੁੰਦਾ ਸੀਗਾ ਸਾਧੂ ਸਿੰਘ, ਤਾਂ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ, PA 'ਤੇ ਦੋਸ਼ ਲੱਗੇ ਸੀਗੇ ਕਿ ਉਹ ਪੈਨਸ਼ਨ ਪੁਨਸ਼ਨ ਜਾਂ ਜਿਹੜਾ ਭੱਤਾ ਭੁੱਤਾ ਆਉਂਦਾ ਸੀ ਖਾਤੇ 'ਚੋਂ ਉਹ ਹੀ ਇੱਧਰ ਉੱਧਰ ਕਰ ਗਿਆ। ਰਾਮੂ ਵਾਲੀਆ ਸਾਹਿਬ ਨੇ ਵੀ ਰੌਲਾ ਪਾਇਆ ਸੀ ਕਿ ਮੇਰਾ ਨਿੱਜੀ ਸਹਾਇਕ ਜਿਹੜਾ ਉਹ ਇੱਦਾਂ ਕਰ ਗਿਆ। ਤੋ ਕਹਿਣ ਦਾ ਮਤਲਬ ਹੈ ਕਿ ਇਹ ਪਹਿਲਾ ਮੌਕਾ ਨਹੀਂ, ਕਈ ਮੌਕਿਆਂ 'ਤੇ ਨੇਤਾਵਾਂ ਦੇ ਜਿਹੜੇ ਵਫ਼ਾਦਾਰ ਹੁੰਦੇ ਆ, ਸਜੇ ਖੱਬੇ ਤੁਰਨ ਵਾਲੇ ਹੁੰਦੇ ਆ, ਉਹ ਚੋਪੜ ਕੇ ਨਿਕਲ ਜਾਂਦੇ ਆ। ਪਤਾ ਨਹੀਂ ਕੀ ਹਿਸਾਬ ਕਿਤਾਬ, ਉਹਨਾਂ ਨੂੰ ਵੀ ਸ਼ਾਇਦ ਜਾਂਚ ਆ ਜਾਂਦੀ ਇਹਨਾਂ ਦੇ ਨਾਲ ਰਹਿੰਦੇ ਆ ਜੀ ਕਿ ਭਾਈ ਕਿੱਦਾਂ ਪਿੱਲ ਪਾਉਣੀ ਆ। ਬਿਲਕੁਲ 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 ਜੀ, ਹਿਸਾਬ ਕਰਨ ਜੀ ਕਹਿ ਰਹੇ ਨੇ ਕਿ ਰਾਜਨੀਤੀ ਵਾਲੇ ਵੀ ਬਖਸ਼ੇ ਨਹੀਂ ਜਾ ਰਹੇ। ਬਿਲਕੁਲ, ਜਿਹੜੇ ਜਿੰਨੇ ਵੱਡੇ ਫਿਰ ਉਹਨਾਂ ਦੇ ਉਨੇ ਵੱਡੇ ਖੱਬੇ, ਜਾਂਦੇ ਵੀ ਉਵੇਂ ਆ ਤੇ ਆਉਂਦੇ ਵੀ ਉਵੇਂ ਆ। ਮਿੰਟੂ ਜੀ, ਇਹ ਜਸ਼ਨਦੀਪ ਜੀ ਹੋਰਾਂ ਦੇ ਕਮੈਂਟ ਮੈਨੂੰ ਲੱਗਦਾ ਕੋਈ 15-20 ਆ ਗਏ ਨੇ। ਇਹ ਕਹਿ ਰਹੇ ਨੇ, ਮੈਂ ਪੜ੍ਹ ਦਿੰਦਾ ਦੁਬਾਰਾ। ਪਟਿਆਲਾ ਵਿਖੇ ਸੜਕ ਉੱਪਰ PSPCL ਹੈੱਡ ਆਫਿਸ ਦੇ ਸਾਹਮਣੇ ਲਗਭਗ 700-800 ਬੇਰੁਜ਼ਗਾਰ ਲਾਈਨਮੈਨ ਤੰਬੂ ਲਗਾ ਕੇ ਪੱਕੇ ਧਰਨੇ 'ਤੇ, ਕਹਿੰਦੇ 5 ਦਿਨ ਤੋਂ ਬੈਠੇ ਹਨ ਉਹ ਬੇਰੁਜ਼ਗਾਰ, ਹੁਣ ਵੀ ਅਣਮਿੱਥੇ ਸਮੇਂ ਲਈ ਉਸੇ ਸੜਕ 'ਤੇ ਬੈਠੇ ਹਨ। ਲਓ ਜੀ, ਮੈਂ ਜਸ਼ਨਦੀਪ ਜੀ, ਪਲੀਜ਼ ਸਾਡੀ ਵੀ ਮਜਬੂਰੀ ਸਮਝਿਆ ਕਰੋ, ਅਸੀਂ ਤੁਹਾਡੀ ਆਵਾਜ਼ ਬਣ ਜਾਂਦੇ ਹਾਂ ਜੀ। ਅਸੀਂ
ਵੈਸੇ ਤੁਸੀਂ ਕਿਸੇ ਮੰਤਰੀ ਦੇ ਥੱਲੇ ਜਾ ਕੇ ਭਾਵੇਂ 50,000 ਕਮੈਂਟ ਕਰ ਦਿਓ, ਕਿਸੇ ਨੇ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ। ਅਸੀਂ ਬਾਵਜੂਦ ਇਸ ਦੇ ਤੁਹਾਡੀ ਗੱਲ ਰੱਖੀ ਆ ਅਤੇ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਕਿ ਇਹਨਾਂ ਦੀ ਗੱਲਬਾਤ ਸੁਣੀ ਜਾਵੇ, ਪਰ ਤੁਸੀਂ ਸਾਡੀ ਵੀ ਮਿਹਨਤ ਸੁਣ ਲਓ ਕਿ ਪਲੀਜ਼ ਵਾਰ ਵਾਰ ਜਦੋਂ ਤੁਸੀਂ ਕਮੈਂਟ ਕਰੋਗੇ ਤਾਂ ਜਿਹੜੀ ਦੂਜੀ ਆਡੀਅੰਸ ਜਿਹਨਾਂ ਦੇ ਕਮੈਂਟ ਵਗੈਰਾ ਜਾਂ ਪ੍ਰਤੀਕਰਮ ਹੁੰਦਾ, ਕਈ ਵਾਰ ਕਰੈਕਸ਼ਨ ਕਰਨੀ ਹੁੰਦੀ ਉਹਨਾਂ ਨੇ, ਤਾਂ ਉਹ ਫਿਰ ਉਹਨਾਂ ਕਮੈਂਟਾਂ ਦੇ ਅਥਾਹ ਬੋਝ ਥੱਲੇ ਜਿਹੜੇ ਕਿ ਥਾੜ ਥਾੜ ਵੱਜਦੇ ਆ, ਉਹ ਕਈ ਵਾਰ ਦਮ ਤੋੜ ਜਾਂਦੇ ਬਿਲਕੁਲ।